ਆਓ ਸੁਣੀਏ ਪ੍ਰਿੰਸੀਪਲ ਤੇਜਾ ਸਿੰਘ ਦਾ ਲੇਖ ਹੱਸਣਾ ਤੇ ਕੂਕਣਾ ਜਿਉਂ-ਜਿਉਂ ਨਵੀਂ ਤੇਹਜ਼ੀਬ ਵਧ ਰਹੀ ਹੈ ਖੁਸ਼ੀ ਦੇ ਪੁਰਾਣੇ ਢੰਗ ਬਦਲ ਰਹੇ ਹਨ ਦਿਲ ਦੀ ਖੁਸ਼ੀ ਮੂੰਹ ਨਾਲ ਜ਼ਾਹਰ ਕਰਨ ਦੇ ਬਹੁਤ ਸਾਦੇ ਤਰੀਕੇ ਦੋ ਹੀ ਹੁੰਦੇ ਸਨ ਇੱਕ ਖਿੜਖਿੜਾ ਕੇ ਹੱਸਣਾ ਤੇ ਦੂਜਾ ਉੱਚਾ ਕੂਕਣਾ ਪਰ ਨਵੀਂ ਰੌਸ਼ਨੀ ਵਾਲੇ ਲੋਕ ਇਹਨਾਂ ਦੋਹਾਂ ਤੋਂ ਕੰਨੀ ਕਤਰਾਂਦੇ ਹਨ ਜਦ ਦਿਲ ਵਿੱਚ ਖੁਸ਼ੀ ਦੀ ਤਰੰਗ ਆਈ ਤਾਂ ਸਿੱਧੇ ਸਾਦੇ ਲੋਕ ਜ਼ੋਰ ਨਾਲ ਬਾਛਾਂ ਖੋਲ ਕੇ ਖਹਿ ਖਹਿ ਕਰਕੇ ਹੱਸਦੇ ਸਨ ਜਿਨ੍ਹਾਂ ਨਾਲ ਫੇਫੜਿਆਂ ਦੀ ਖੂਬ ਕਸਰਤ ਹੁੰਦੀ ਸੀ ਸਗੋਂ ਸਾਰਾ ਜੁੱਸਾ ਹਿਲ ਜਾਂਦਾ ਸੀ ਤੇ ਮੂੰਹ ਤੇ ਤਰੇਲੀ ਆ ਜਾਂਦੀ ਸੀ ਵੇਖਣ ਤੇ ਸੁਣਨ ਵਾਲੇ ਦੀ ਤਬੀਅਤ ਵੀ ਸਾਫ਼ ਹੋ ਜਾਂਦੀ ਸੀ ਅਤੇ ਖੜੋਤੇ ਮਨ ਵਿੱਚ ਇੱਕ ਲਹਿਰ ਜਹੀ ਫਿਰ ਜਾਂਦੀ ਸੀ ਇੱਕ ਦਾ ਹਾਸਾ ਸਾਰੀ ਸੰਗਤ ਨੂੰ ਕੁਛੀ ਦਾ ਹੁਲਾਰਾ ਦੇ ਜਾਂਦਾ ਸੀ ਪਰ ਇਹੋ ਜਿਹਾ ਹਾਸਾ ਅੱਜਕੱਲ ਬੇਤਮੀਜ਼ੀ ਤੇ ਗਵਾਰ ਪੁਣੇ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ ਜੇ ਸਕੂਲ ਵਿੱਚ ਕਿਸੇ ਮੁੰਡੇ ਨੂੰ ਖੁੱਲ ਕੇ ਹਾਸਾ ਆ ਜਾਵੇ ਤਾਂ ਮਾਸਟਰ ਝੱਟ ਬੋਲ ਉੱਠਦਾ ਹੈ ਓਏ ਹਿਣਕਦਾ ਕਿਉਂ ਹੈ ਮਾਸਟਰ ਹੋਰਾਂ ਨੂੰ ਇਹ ਨਹੀਂ ਪਤਾ ਕਿ ਹਿਣਕਣਾ ਅਤੇ ਹੱਸਣਾ ਇੱਕੋ ਸ਼ਬਦ ਹੈ ਦਫ਼ਤਰਾਂ ਕਚਹਿਰੀਆਂ ਵਿੱਚ ਅਫਸਰ ਲੋਕ ਹਾਸੇ ਨੂੰ ਬੜੀ ਗੁਸਤਾਖੀ ਖਿਆਲ ਕਰਦੇ ਹਨ ਇਹ ਦੇਖਿਆ ਗਿਆ ਹੈ ਕਿ ਬਹੁਤ ਹਾਸਾ ਬਚਪਨ ਤੇ ਜਵਾਨੀ ਵਿੱਚ ਆਉਂਦਾ ਹੈ ਫਿਰ ਜਿਉਂ-ਜਿਉਂ ਉਮਰ ਵੱਧਦੀ ਜਾਂਦੀ ਹੈ ਤੇ ਮੂੰਹ ਤੇ ਝੁਰੜੀਆਂ ਆਉਣ ਲੱਗਦੀਆਂ ਹਨ ਤਿਉਂ-ਤਿਉਂ ਹੜਵਾਟਿਆਂ ਦੇ ਪੇਚ ਢਿੱਲੇ ਪੈ ਜਾਂਦੇ ਹਨ ਅਤੇ ਹਾਸੇ ਦੀ ਥਾਂ ਮੁਸਕਰਾਹਟ ਫੜ ਲੈਂਦੀ ਹੈ ਜਿਵੇਂ ਸਮੁੰਦਰ ਦੇ ਵਿਚਕਾਰ ਬੜੀਆਂ-ਬੜੀਆਂ ਸ਼ੂਕ ਦੀਆਂ ਲਹਿਰਾਂ ਦੇ ਉਛਾਲੇ ਆਉਂਦੇ ਹਨ ਪਰ ਕੰਡੇ ਕੋਲਾ ਕੇ ਉਹ ਉਛਾਲੇ ਕੇਵਲ ਨਿੱਕੇ ਨਿੱਕੇ ਪਾਣੀ ਦੇ ਵਟ ਜੇ ਰਹਿ ਜਾਂਦੇ ਹਨ ਤਿਵੇਂ ਹੀ ਮਨੁੱਖ ਜਵਾਨੀ ਵਿੱਚ ਗੱਜ ਕੇ ਹੱਸਦਾ ਹੈ ਪਰ ਜਿਉਂ ਜਿਉ ਉਸ ਦੀ ਉਮਰ ਮੌਤ ਦੇ ਕੰਡੇ ਵੱਲ ਵੱਧਦੀ ਹੈ ਤਿਉਂ-ਤਿਉਂ ਉਸ ਦਾ ਹਾਸਾ ਲੋਭ ਹੋ ਹੋ ਕੇ ਕੇਵਲ ਹੋਠਾਂ ਤੇ ਅੱਖਾਂ ਦੀਆਂ ਗੁੱਠਾਂ ਵਿੱਚ ਮਾੜੇ-ਮਾੜੇ ਵਟ ਜਿਹੇ ਰਹਿ ਜਾਂਦੇ ਹਨ ਸੰਸਾਰ ਦੇ ਇਤਿਹਾਸ ਵਿੱਚ ਵੀ ਸ਼ੁਰੂ-ਸ਼ੁਰੂ ਵਿੱਚ ਹਾਸਾ ਵਧੇਰੇ ਸੀ ਪਰ ਹੁਣ ਜਿਉਂ-ਜਿਉਂ ਸਮਾਂ ਗੁਜ਼ਰਦਾ ਜਾਂਦਾ ਹੈ ਤਿਉਂ-ਤਿਉਂ ਹਾਸੇ ਦੀ ਥਾਂ ਕੇਵਲ ਮੁਸਕੁਰਾਣਾ ਹੀ ਰਹਿ ਗਿਆ ਹੈ ਲੋਕ ਪਾਰਟੀਆਂ ਉੱਤੇ ਮਿਲਦੇ ਹਨ ਤਾਂ ਮੁਸਕਰਾਉਂਦੇ ਹਨ ਸਗੋਂ ਮੁਸਕਰਾਉਣਾ ਇੰਨਾ ਵੱਧ ਗਿਆ ਹੈ ਕਿ ਬਹੁਤ ਸਾਰਾ ਤਾਂ ਦੰਬ ਹੀ ਹੁੰਦਾ ਹੈ ਦਿਲੋਂ ਭਾਵੇਂ ਆਦਮੀ ਕੁੜਦਾ ਹੀ ਹੋਵੇ ਪਰ ਮਿਲਣ ਵੇਲੇ ਐਉਂ ਦੱਦੀਆਂ ਕੱਢ ਕੇ ਮਿਲਦਾ ਹੈ ਕਿ ਸਿੱਧੇ ਸਾਦੇ ਆਦਮੀ ਨੂੰ ਵੇਖ ਕੇ ਹਾਸਾ ਹੀ ਆ ਜਾਂਦਾ ਹੈ ਪਰ ਵਿਚਾਰਾ ਆਸ-ਪਾਸ ਵੇਖ ਕੇ ਡਰ ਦੇ ਮਾਰਿਆਂ ਆਵਾਜ਼ ਨਹੀਂ ਕੱਢਦਾ ਕਿ ਕਿਤੇ ਲੋਕੀ ਮੂਰਖ ਨਾ ਆਖਣ ਪਾਰਟੀਆਂ ਵਿੱਚ ਤਾਂ ਭਲਾ ਬਹੁਤੇ ਆਦਮੀ ਹੁੰਦੇ ਹਨ ਇਸ ਲਈ ਉੱਚਾ ਹੱਸਣਾ ਮਨਾਈ ਸਈ ਪਰ ਅਨਰਥ ਇਹ ਹੈ ਕਿ ਬਾਹਰ ਬਾਜ਼ਾਰ ਵਿੱਚ ਜਾਂ ਰਾਹ ਪੈਂਡੇ ਜਿੱਥੇ ਇੱਕ ਦੋ ਸੱਜਣ ਆਪਣੇ ਮੇਲੀ ਮਿੱਤਰ ਹੀ ਮਿਲਣ ਉੱਥੇ ਵੀ ਖਿੜਖਿੜਾ ਕੇ ਹੱਸਣ ਨੂੰ ਰੋਕਦੇ ਹਨ ਇਸ ਦੇ ਦੋ ਕਾਰਨ ਹਨ ਇਕ ਤਾਂ ਇਹ ਕਿ ਲੋਕਾਂ ਦੇ ਦਿਮਾਗ ਇਤਨੇ ਕਮਜ਼ੋਰ ਹੋ ਗਏ ਹਨ ਕਿ ਉੱਚੀ ਆਵਾਜ਼ ਸਹਿ ਨਹੀਂ ਸਕਦੇ ਦੂਜੇ ਇਹ ਕਿ ਮੁਸਕੁਰਾਣਾ ਸਿਆਣਪ ਦੀ ਨਿਸ਼ਾਨੀ ਗਿਣਿਆ ਜਾਂਦਾ ਹੈ ਜਦ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਦਾ ਪੜਵਾਈਆ ਜੈ ਰਾਮ ਲੋਧੀ ਨਵਾਬ ਪਾਸ ਨੌਕਰੀ ਦੀਵਾਨ ਲਈ ਲਿਆਇਆ ਤਾਂ ਸਾਖੀ ਵਿੱਚ ਲਿਖਿਆ ਹੈ ਕਿ ਗੁਰੂ ਜੀ ਮੁਸਕੁਰਾਏ ਇਹ ਵੇਖ ਕੇ ਨਵਾਬ ਕਹਿਣ ਲੱਗਾ ਨਾਨਕ ਭਲਾ ਤੇ ਸਿਆਣਾ ਮਾਲੂਮ ਹੁੰਦਾ ਹੈ ਬਹੁਤ ਵੀ ਵੱਡੇ ਵੱਡੇ ਪੀਰ ਪੈਗੰਬਰ ਲੋਕਾਂ ਦੀ ਮੂਰਖਤਾ ਨੂੰ ਵੇਖ ਕੇ ਜਾਂ ਮਨ ਦੀਆਂ ਡੁੰਗੀਆਂ ਤੋਂ ਨਿਕਲੇ ਹੋਏ ਗੁੱਝੇ ਵਿਗਾਸ ਦੇ ਕਾਰਨ ਮੁਸਕੁਰਾਉਂਦੇ ਦੱਸੇ ਗਏ ਹਨ ਇਸ ਲਈ ਲੋਕ ਵੀ ਸਿਆਣਾ ਤੇ ਗੰਭੀਰ ਅਖਵਾਣ ਦੇ ਚਾਹ ਵਿੱਚ ਮੁਸਕਰਾਣ ਦੀ ਆਦਤ ਪਾ ਰਹੇ ਹਨ ਕੋਈ ਦਿਨ ਐਸਾ ਆਵੇਗਾ ਕਿ ਹਾਸਾ ਸੰਸਾਰ ਤੋਂ ਬਿਲਕੁਲ ਲੋਪ ਹੋ ਜਾਵੇਗਾ ਇਸ ਦੇ ਨਾਲ ਨਾਲ ਸਾਡੀ ਰਹਿਣੀ ਬਹਿਣੀ ਤੇ ਸਾਹਿਤ ਵਿੱਚੋਂ ਉੱਚੀ ਉੱਚੀ ਹਸਾਣ ਵਾਲੇ ਠੱਠੇ ਤੇ ਮਖੌਲ ਵੀ ਉੱਡ ਰਹੇ ਹਨ ਨਿਰੀਆਂ ਬਰੀਕ ਬਰੀਕ ਮੁਸਕਰਾਉਣ ਵਾਲੀਆਂ ਗੱਲਾਂ ਵੱਧ ਰਹੀਆਂ ਹਨ ਹਾਸੇ ਦੇ ਨਾਲ ਉੱਚਾ ਕੋਕਣ ਦੀ ਆਦਤ ਵੀ ਜਾਂਦੀ ਰਹੀ ਹੈ ਤੁਸੀਂ ਪਿੰਡਾਂ ਵਿੱਚ ਵੇਖਿਆ ਹੋਣਾ ਹੈ ਕਿ ਕਿਵੇਂ ਇੱਕ ਬੱਕਰੀਆਂ ਚਾਰਨ ਵਾਲਾ ਆਜੜੀ ਇੱਕ ਟੱਕੀ ਉੱਤੇ ਖਲੋਤਾ ਹੋਇਆ ਦੂਜੀ ਟੱਕੀ ਉੱਤੇ ਭੱਜੀ ਜਾਂਦੀ ਬੱਕਰੀ ਦੇ ਪਿੱਛੇ ਵਟਾਵਾ ਕੇ ਜ਼ੋਰ ਦੀ ਚੀਕ ਲਾਂਦਾ ਹੈ ਉਸ ਨੂੰ ਆਪਣੀ ਆਵਾਜ਼ ਉੱਤੇ ਬੜਾ ਮਾਣ ਹੈ ਜਦੋਂ ਆਪਣੇ ਸਾਥੀ ਨੂੰ ਜੋ ਜ਼ਰਾ ਪਰੇ ਖੜੋਤਾ ਹੁੰਦਾ ਹੈ ਆਵਾਜ਼ ਮਾਰਦਾ ਹੈ ਤਾਂ ਵੀ ਲੋੜ ਤੋਂ ਵਧੇਕ ਉੱਚੀ ਚੀਖ ਕੱਢਦਾ ਹੈ ਉਸ ਨੂੰ ਪਤਾ ਹੈ ਕਿ ਥੋੜੀ ਆਵਾਜ਼ ਵੀ ਪਹੁੰਚ ਜਾਵੇਗੀ ਪਰ ਉਸ ਨੂੰ ਤਾਂ ਆਪਣੀ ਕੂਕ ਉੱਤੇ ਫਖਰ ਹੈ ਅਤੇ ਉਸ ਨੂੰ ਜ਼ੋਰ ਦੀ ਆਵਾਜ਼ ਵਿੱਚ ਇੱਕ ਅਨੋਖਾ ਰਸ ਲੱਭਦਾ ਹੈ ਜੋ ਕਮਰਿਆਂ ਦੇ ਅੰਦਰ ਬਹਿ ਕੇ ਕੋਸਮਸ ਕਰਨ ਵਾਲਿਆਂ ਨੂੰ ਮਾਲੂਮ ਨਹੀਂ ਹੋ ਸਕਦਾ ਇਹ ਸਿੱਧੇ ਸਾਦੇ ਲੋਕ ਜਦ ਆਪਸ ਵਿੱਚ ਮਿਲਦੇ ਜਾਂ ਗੱਲਾਂ ਕਰਦੇ ਹਨ ਤਾਂ ਵੀ ਉਹਨਾਂ ਹੀ ਉੱਚਾ ਬੋਲਦੇ ਹਨ ਜਿੰਨੀ ਕੁੱਟ ਕੇ ਜੱਫੀ ਪਾਉਂਦੇ ਹਨ ਪਰ ਤੇਹਜ਼ੀਬ ਇਸ ਦੇ ਉਲਟ ਹੈ ਨਵੀਂ ਰੌਸ਼ਨੀ ਦੇ ਵਧਣ ਨਾਲ ਮਨੁੱਖਾਂ ਦੀ ਆਵਾਜ਼ ਮੱਦਮ ਪੈ ਰਹੀ ਹੈ ਡਾਕਟਰ ਟੇਗੋਰ ਨਾਲ ਗੱਲਾਂ ਕਰੋ ਤੰਬੜਾ ਹੌਲੀ ਹੌਲੀ ਸप्तਪਤਾਲ ਕੀ ਬਾਣੀ ਵਤ ਆਵਾਜ਼ ਕੱਢੇਗਾ ਇਹੋ ਉਸ ਦੇ ਸਿਆਣੇ ਤੇ ਤੇਹਜ਼ੀਬ ਦੇ ਮਾਲਕ ਹੋਣ ਦੀ ਨਿਸ਼ਾਨੀ ਹੈ। ਕਾਲਜਾਂ, ਦਫ਼ਤਰਾਂ, ਕਲੱਬਾਂ ਵਿੱਚ ਜਿੰਨਾ ਚੁੱਪ ਰਹਿਣ ਤੇ ਜੋ ਹੌਲੀ-ਬੋਲਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ, ਉਹਨਾਂ ਕਿਸੇ ਹੋਰ ਗੱਲ ਉੱਤੇ ਨਹੀਂ। ਜਿਉਂ-ਜਿਉਂ ਸੰਸਾਰ ਤਰੱਕੀ ਕਰੀ ਜਾਂਦਾ ਹੈ, ਤਿਉਂ-ਤਿਉਂ ਮਨੁੱਖ ਦੀ ਆਵਾਜ਼ ਮੱਦਮ ਪੈਂਦੀ ਜਾਂਦੀ ਹੈ। ਪੜਿਆਂ ਹੋਿਆਂ ਸਿੱਖਾਂ ਨੂੰ ਕਹੋ ਖਾਂ ਜ਼ਰਾ ਸੱਚੀ ਅਕਾਲ ਦਾ ਜੈਕਾਰਾ ਤਾਂ ਛੱਡਣ ਦੰਦਾਂ ਤੋਂ ਬਾਹਰ ਆਵਾਜ਼ ਨਹੀਂ ਨਿਕਲੇਗੀ। ਉਹਨਾਂ ਨੂੰ ਇਹ ਨਹੀਂ ਪਤਾ ਕਿ ਇਨਾ ਜੈਕਾਰਿਆਂ ਦੇ ਜ਼ੋਰ ਨਾਲ ਥੋੜੇ ਜਿਹੇ ਸਿੱਖਾਂ ਨੇ ਦੁਸ਼ਮਣਾਂ ਦੀਆਂ ਠਾਠਾ ਮਾਰਦੀਆਂ ਫੌਜਾਂ ਨੂੰ ਕਈ ਘੰਟਿਆਂ ਤੱਕ ਰੋਕੀ ਰੱਖਿਆ ਸੀ ਹੁਣ ਵੀ ਜੇ ਕਿਸੇ ਔਕੜ ਵਿੱਚ ਪਏ ਹੋ ਵੀਏ ਤਾਂ ਜਿਸ ਵੇਲੇ ਸਾਰੇ ਰਲ ਕੇ ਜ਼ੋਰ ਦਾ ਜੈਕਾਰਾ ਛੱਡਦੇ ਹਾਂ ਤਾਂ ਉਸ ਵਿੱਚ ਸਾਰੇ ਸਿੱਖ ਇਤਿਹਾਸ ਦੀ ਅਕਾਲੀ ਗੂੰਜ ਸੁਣਾਈ ਦਿੰਦੀ ਹੈ ਜੋ ਕੰਬ ਦੇ ਦਿਲਾਂ ਨੂੰ ਤੱਕੜਾ ਕਰਦੀ ਹੈ ਤੇ ਟੈਂ ਦੀਆਂ ਕਲਾਂ ਤੋਂ ਚੜਦੀਆਂ ਕਲਾਂ ਵਿੱਚ ਬਦਲ ਦਿੰਦੀ ਹੈ